ਕਿਸੇ ਪੱਤਰਕਾਰ ਨੇ ਸਵਾਲ ਕੀਤਾ ਬਾਬਾ ਜਰਨੈਲ ਸਿੰਘ ਨੂੰ, ਬਾਬਾ ਜੀ ਫੌਜਾਂ ਦੇ ਕੋਲ ਟੈਂਕ ਬੜੇ ਨੇ, ਤੋਪਾਂ ਬੜੀਆਂ ਨੇ, ਹੈਲੀਕਾਪਟਰ ਬੜੇ ਨੇ, ਫੌਜਾਂ ਬੜੀਆਂ ਨੇ, ਤੇ ਤੁਸੀਂ ਕਿਹਦੇ ਆਸਰੇ ਜੰਗ ਲੜਨੀ ਹੈ? ਤੇ ਬਾਬਾ ਜਰਨੈਲ ਸਿੰਘ ਨੇ ਮੁਸਕਰਾਉਂਦਿਆਂ ਹੋਇਆ ਜਵਾਬ ਦਿੱਤਾ, ਕਹਿੰਦੇ ਇਹਨਾਂ ਭਾਰਤ ਵਰਸ਼ ਦੀਆਂ ਫੌਜਾਂ ਨੂੰ ਟੇਕ ਹੈ ਟੈਂਕਾਂ ਦੀ, ਇਹਨਾਂ ਨੂੰ ਆਸਰਾ ਹੈ ਲੱਖਾਂ ਫੌਜਾਂ ਤੇ ਹਥਿਆਰਾਂ ਦਾ, ਤੇ ਮੈਨੂੰ ਟੇਕ ਹੈ ਗੁਰੂ ਰਾਮਦਾਸ ਤੇ ਗੁਰੂ ਗੋਬਿੰਦ ਸਿੰਘ ਦੀ। ਜਿਹਦੇ ਵੱਲ ਗੁਰੂ ਗੋਬਿੰਦ ਸਿੰਘ ਹੋ ਜਾਵੇ, ਅਕਾਲ ਹੋ ਜਾਵੇ, ਉਹਨੂੰ ਲੱਖਾਂ ਫੌਜਾਂ ਦਾ ਡਰ ਨਹੀਂ ਰਹਿੰਦਾ। ਇਹਨਾਂ ਨੂੰ ਟੇਕ ਹੋਵੇਗੀ ਟੈਂਕਾਂ ਦੀ। ਵੇਖੋ ਇਹਨਾਂ ਦੇ ਟੈਂਕ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਨਾਲ ਕਿੱਦਾਂ ਜਰਨੈਲ ਸਿੰਘ ਉਡਾਵੇਗਾ। ਅੱਜ ਉਹ ਸਰੀਰ ਕਰਕੇ ਭਾਵੇਂ ਨਹੀਂ ਹੈ, ਪਰ ਉਹਦੀ ਤਕਰੀਰ ਜਿਹੜੀ ਕੈਸਟਾਂ ਵਿੱਚ ਹੈ, ਅੱਜ ਵੀ ਦੁਸ਼ਮਣਾਂ ਦੇ ਕੰਨੀ ਪੈ ਜਾਵੇ ਤੇ ਭਾਜੜਾਂ ਪੈ ਜਾਂਦੀਆਂ ਨੇ, ਐਸਾ ਬਾਹੂਬਲੀ ਹੋਇਆ ਹੈ।